ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਏਮਸ ਹਸਪੀਟਲ ਬਠਿੰਡਾ ਦੇ ਬਾਰੇ ਕਦੋਂ ਆਉਣਾ ਕਿਹੜੇ ਦਿਨ ਆਉਣਾ ਤੇ ਕਿਹੜੇ-ਕਿਹੜੇ ਡਾਕੂਮੈਂਟ ਨਾਲ ਲੈ ਕੇ ਆਉਣਾ ਇਸ ਹਸਪੀਟਲ ਦੇ ਵਿੱਚ ਤਾਂ ਕਿ ਤੁਹਾਨੂੰ ਬਾਅਦ ਵਿੱਚ ਕੋਈ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਹਰ ਇੱਕ ਪਹਿਲੂ ਤੇ ਗੱਲ ਕਰਾਂਗੇ ਹਸਪੀਟਲ ਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ 올 ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਾਨਕੀ ਏਮਸ ਹਸਪੀਟਲ ਬਠਿੰਡਾ ਇਸ ਹਸਪੀਟਲ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਕੋਈ ਮੁਸ਼ਕਲ ਨਾ ਆਵੇ ਤੁਹਾਨੂੰ ਉਸ ਚੀਜ਼ ਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਦੱਸਾਂਗੇ ਕਿ ਕਿਹੜੀ ਚੀਜ਼ ਕਿੱਥੇ ਬਣੀ ਹੋਈ ਹੈਗੀ ਜਦੋਂ ਵੀ ਤੁਸੀਂ ਇਸ ਹਸਪੀਟਲ ਦੇ ਵਿੱਚ ਆਉਣਾਗਾ ਕਿਹੜੇ ਕਿਹੜੇ ਡਾਕੂਮੈਂਟ ਲਾ ਕੇ ਆਉਣਾ ਤਾਂ ਤੁਸੀਂ ਕਦੋਂ ਆ ਸਕਦੇ ਹੋਗੇ ਤੇ ਤੁਹਾਡੇ ਟਾਈਮ ਦੀ ਬਚਤ ਹੋਏਗੀ ਤੇ ਤੁਹਾਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅੱਜ ਤੁਹਾਨੂੰ ਇਸ ਡਿਟੇਲ ਦੇ ਵਿੱਚ ਦੱਸਾਂਗੇ ਇਸ ਹਸਪੀਟਲ ਦੇ ਬਾਰੇ ਥੈਂਕ ਯੂ ਹਾਂਜੀ ਮੰਨ ਕੇ ਆ ਰਹੇ ਜੀ ਬਠਿੰਡੇ ਤੋਂ ਆ ਰਹੀਏਗੀ ਡੱਬ ਵਾਲੀ ਰੋਡ ਹੈਗੀ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਧਰ ਸਾਹਮਣੇ ਡੱਬ ਵਾਲੀ ਹੈਗਾ ਇ ਤੇ ਡੱਬਾ ਵਾਲੀ ਜਦੋਂ ਆਪਾਂ ਡੱਬਾ ਵਾਲੀ ਨੂੰ ਜਾਏ ਤੁਸੀਂ ਦੇਖ ਸਕਦੇ ਹੋਗੇ ਰੋਡ ਦੇ ਉੱਪਰ ਹੀ ਬੋਰਡ ਲੱਗਿਆ ਹੋਇਆ 그린 ਕਲਰ ਦਾ ਇਹ ਬੋਰਡ ਤੁਹਾਨੂੰ ਸਾਹਮਣੇ ਜੋ ਬਸ਼ੰਡਾ ਡੱਬਾ ਵਾਲੀ ਰੋਡ ਹੈ ਇਸ ਦੇ ਉੱਪਰ ਹੀ ਤੁਹਾਨੂੰ ਦਿਖ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਗ੍ਰੀਨ ਕਲਰ ਦਾ ਇਹ ਬੋਰਡ ਹੈਗਾ ਇਹ ਰੋਡ ਦੇ ਉੱਪਰ ਹੀ 메ਨ ਹਾਈਵੇ ਦੇ ਉੱਪਰ ਹੈਗਾ ਤੇ ਆਪਾਂ ਅੰਦਰ ਨੂੰ ਜਾਣੇ ਹਾਂਗੇ ਤੇ ਤਕਰੀਬਨ 3 ਤੋਂ 400 ਮੀਟਰ ਦੂਰ ਅੰਦਰ ਵਾਲੀ ਪਾਸੇ ਜੋ 메ਨ ਹਸਪੀਟਲ ਬਣਿਆ ਹੋਇਆ ਹੈਗਾ ਅੰਦਰ ਵੀ ਇੱਕ ਦੂਸਰਾ ਗੇਟ ਆਏਗਾ ਤੁਹਾਨੂੰ ਦਿਖਾਵਾਂਗੇ ਤੇ ਜਦੋਂ ਇਸ ਹਸਪਤਾਲ ਦੇ ਵਿੱਚ ਆਉਣਾ ਤੁਹਾਨੂੰ ਦੱਸ ਦਿੰਦੇ ਆਂਗੇ ਜੀ ਜਿਸ ਦਿਨ ਤੁਸੀਂ ਆਉਣਾਗਾ ਕੋਸ਼ਿਸ਼ ਇਹ ਕਰਿਓ ਕਿ ਆਪਣਾ ਤਕਰੀਬਨ 6 ਤੋਂ 7 ਵਜੇ ਸਵੇਰੇ ਤੁਸੀਂ ਪਹੁੰਚ ਜਾਵੇ ਕਿਉਂਕਿ ਜੋ ਪਰਚੀਆਂ ਦਾ ਸਿਸਟਮ ਹੈ ਇਸ 160 ਰੁਪਏ ਦੇ ਵਿੱਚ 10 ਰੁਪਏ ਦੀ ਪਰਚੀ ਕੱਟੀ ਜਾਂਦੀ ਹੈਗੀ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਪਰਚੀਆਂ ਕੱਟੀਆਂ ਜਾਂਦੀਆਂ ਹਨ ਅਤੇ ਇੱਕ ਵਾਰੀ ਪਰਚੀ ਕੱਟਣ ਦਾ ਜਿਸ ਦਾ ਰੇਟ ਨਿਰਧਾਰਤ ਕੀਤਾ ਹੈਗਾ ਇਹ ਸਰਕਾਰ ਦੁਬਾਰਾ 10 ਰੁਪਏ ਹੈ ਉਸ ਤੋਂ ਬਾਅਦ ਜਿਸ ਡਾਕਟਰ ਨੂੰ ਤੁਸੀਂ ਦਿਖਾਣਾ ਮੰਨ ਕੇ ਚੱਲੋ ਤੁਸੀਂ ਕਿਸੇ ਹੱਡੀਆਂ ਦੇ ਡਾਕਟਰ ਨੂੰ ਦਿਖਾਣਾ ਤੁਸੀਂ ਕੀ ਕਰਨਾ ਆਪਣੀ ਪਰਚੀ ਕਟਵਾਉਣੀ ਹੈਗੀ ਪਰਚੀ ਕਟਵਾਉਣ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਪਹਿਲਾਂ ਤੁਹਾਨੂੰ ਲਾਈਨ ਲਾਉਣੀ ਪੈਣੀ ਹੈਗੀ ਪਰਚੀ ਕਟਵਾਉਣ ਵਾਸਤੇ ਤੁਹਾਡਾ ਆਧਾਰ ਕਾਰਡ ਜਿਸ ਮਰੀਜ਼ ਨੇ ਦਿਖਾਉਣਾ ਡਾਕਟਰ ਨੂੰ ਉਸ ਮਰੀਜ਼ ਦਾ ਆਧਾਰ ਕਾਰਡ ਹੋਣਾ ਚਾਹੀਦਾ ਤੇ ਤੁਹਾਡੇ ਕੋਲ ਇੱਕ ਫੋਨ ਨੰਬਰ ਹੋਣਾ ਚਾਹੀਦਾ ਜਿਹਦੇ ਉੱਪਰ ਇੱਕ OTP ਆਉਂਦਾ OTP ਆਉਣ ਤੋਂ ਬਾਅਦ ਹੀ ਉਹ ਪਰਚੀ ਕੱਟੀ ਜਾਂਦੀ ਹੈਗੀ ਇਸ ਲਈ ਜਦੋਂ ਵੀ ਹਸਪੀਟਲ ਦੇ ਵਿੱਚ ਆਉਣਾਗਾ ਆਪਣਾ ਆਧਾਰ ਕਾਰਡ ਪੱਕਾ ਲੈ ਕੇ ਆਉਣਾ ਤੇ ਪਲੱਸ ਇੱਕ ਆਪਣਾ ਫੋਨ ਲੈ ਕੇ ਆਉਣਾ ਜਿਹਦੇ ਉੱਪਰ ਓਟੀਪੀ ਆਏਗਾ ਉਸ ਤੋਂ ਬਾਅਦ ਹੀ ਤੁਹਾਡੀ ਪਰਚੀ ਕੱਟੀ ਜਾਏਗੀ ਔਰ ਪਰਚੀ ਕੱਟਣ ਤੋਂ ਬਾਅਦ 11 ਵਜੇ ਤੱਕ ਪਰਚੀਆਂ ਕੱਟੀਆਂ ਜਾਂਦੀਆਂ ਨੇ 11 ਵਜੇ ਤੋਂ ਪਹਿਲਾਂ ਪਹਿਲਾਂ ਸਾਰੀਆਂ ਪਰਚੀਆਂ ਕੱਟੇ ਦਿੱਤੇ ਜਾਂਦੇ ਆ ਕਾਫੀ ਲੋਕਾਂ ਦੀ ਭੀੜ ਇਸ ਹਸਪੀਟਲ ਦੇ ਵਿੱਚ ਹੁੰਦੀ ਹੈ ਕਾਫੀ ਜੋ ਲੋਕ ਇਸ ਹਸਪੀਟਲ ਦੇ ਵਿੱਚ ਆਉਂਦੇ ਨੇ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਇਹ ایمਸ ਹਸਪੀਟਲ ਬਣਿਆ ਹੋਇਆ ਜੋ ਕਿ ਬਟਿੰਡਾ ਦੇ ਵਿੱਚ ਬਣਿਆ ਹੋਇਆ ਤਾਂ ਕਰਕੇ ਪੂਰੇ ਪੰਜਾਬ ਚ ਲੋਕ ਆਉਂਦੇ ਨੇ ਬਹੁਤ ਜ਼ਿਆਦਾ ਭੀੜ ਹੁੰਦੀ ਹੈਗੀ ਤੇ ਮੰਨ ਕੇ ਚੱਲੋ ਜੇ ਤੁਸੀਂ ਇੱਕ ਆਪਣੇ ਮਰੀਜ਼ ਨੂੰ ਦਿਖਾਉਣਾ ਚਾਹੋ ਨੇ ਤੇ ਤੁਹਾਨੂੰ ਪੂਰਾ ਦਿਨ ਲੱਗੇਗੀ ਲੱਗੇਗਾ ਇੱਕ ਦਿਨ ਮੰਨ ਕੇ ਚਲੋ ਪੂਰਾ ਲੱਗੇਗਾ ਪਹਿਲਾਂ ਤੁਸੀਂ ਪਰਚੀ ਕਟਾਓਗੇ ਫਿਰ ਉੱਥੇ ਵੀ ਲੈਣਾ ਚ ਲੱਗਣਾ ਪੈਣਾ ਉਸ ਤੋਂ ਬਾਅਦ ਜਦੋਂ ਡਾਕਟਰ ਕੋਲੇ ਜਾਣੇ ਉੱਥੇ ਵੀ ਤੁਹਾਨੂੰ ਲਾਈਨਾਂ ਦੇ ਵਿੱਚ ਬੇਟ ਹੀ ਕਰਨੀ ਪੈਣੀ ਹੈ 1 ਜੇ ਤੋਂ ਲੈ ਕੇ 2 ਘੰਟਿਆਂ ਦੇ ਵਿੱਚ 3 ਘੰਟੇ ਵੀ ਤੁਹਾਡੇ ਲੱਗ ਸਕਦੇ ਨੇ ਜੇ ਤੁਸੀਂ ਲੇਟ ਪਹੁੰਚਦੇ ਹੋ ਹਸਪੀਟਲ ਦੇ ਵਿੱਚ ਲੇਟ ਪਰਚੀ ਕੱਟੀ ਜਾਏਗੀ ਤੇ ਤੁਹਾਡਾ ਲੇਟ ਨੰਬਰ ਆਏਗਾ ਡਾਕਟਰ ਦੀ ਕੋਲੇ ਇਸ ਕਰਕੇ ਕੋਸ਼ਿਸ਼ ਕਰਿਓ 6 ਤੋਂ 7 ਵਜੇ ਤੱਕ ਪਹੁੰਚੋ ਦੂਸਰੀ ਗੱਲ ਇਸ ਹਸਪੀਟਲ ਦੇ ਵਿੱਚ ਲੰਗਰ ਦੀ ਸੇਵਾ ਚੱਲਦੀ ਰਹਿੰਦੀ ਹੈਗੀ ਤੁਸੀਂ ਜੇ ਤੁਸੀਂ ਦੂਰੋਂ ਆ ਰਹੇ ਹੋਗੇ ਜੇ ਤੁਸੀਂ ਆਪਣਾ ਰੋਟੀ ਦਾ ਪਰੰਧ ਨਹੀਂ ਘਰੋਂ ਲੈ ਨਹੀਂ ਲੈ ਕੇ ਆ ਸਕਦੇ ਕੋਈ ਚੱਕਰ ਨਹੀਂ ਇਸ ਹਸਪਤਾਲ ਦੇ ਵਿੱਚ ਤੁਹਾਨੂੰ ਲੰਗਰ ਦੀ ਸੇਵਾ ਮੁਫਤ ਮਿਲੇਗੀ ਲੰਗਰ ਇੱਥੇ 24 ਘੰਟੇ ਚੱਲਦਾ ਰਹਿੰਦਾ ਮੰਨ ਕੇ ਚਲੋ 24 ਘੰਟੇ ਨਹੀਂ ਕਹਿ ਸਕਦੇ ਆਪਾਂ ਦਿਨ ਦਿਨ ਸਾਰਾ ਦਿਨ ਲੰਗਰ ਚੱਲਦਾ ਹੈਗਾ ਚਾਹ ਦਾ ਲੰਗਰ ਵੀ ਨਾਲ-ਨਾਲ ਚੱਲਦਾ ਹੈਗਾ ਇੱਕ ਗੱਲ ਹੋਰ ਦੋਸਤੋ ਜਿਹੜੀ ਤੁਸੀਂ ਪਰਚੀ ਕਟਾਉਣੀ ਹੈਗੀ ਉਹ ਪਰਚੀ ਜਦੋਂ ਤੱਕ ਤੁਹਾਡੀ ਪੂਰੀ ਨਹੀਂ ਭਰ ਜਾਂਦੀ ਡਾਕਟਰ ਪੂਰਾ ਨਹੀਂ ਲਿਖ ਦਿੰਦਾ ਇੱਕ ਪਰਚੀ ਤੁਹਾਡੀ ਲਗਾਤਾਰੀ ਚੱਲਦੀ ਰਹਿੰਦੀ ਹੈ ਇਹ ਨਹੀਂ ਹੈਗਾ ਤੁਸੀਂ ਅੱਜ ਡਾਕਟਰ ਕੋਲੇ ਚਲੇਗੇ ਉਸ ਤੋਂ ਬਾਅਦ 10 ਦਿਨਾਂ ਬਾਅਦ ਜਾਂ 15 ਦਿਨਾਂ ਬਾਅਦ ਜਦੋਂ ਡਾਕਟਰ ਨੂੰ ਦੁਬਾਰੇ ਦਿਖਾਉਣਾ ਤੁਹਾਨੂੰ ਦੁਬਾਰਾ ਪਰਚੀ ਕਟਵਾਉਣ ਦੀ ਜ਼ਰੂਰਤ ਪੈਗੀ ਅਜਿਹਾ ਕੁਝ ਨਹੀਂ ਹੈ ਤੁਸੀਂ ਡਾਇਰੈਕਟ ਜਿਸ ਡਾਕਟਰ ਦੀ ਤੁਹਾਡੀ ਪਰਚੀ ਕੱਟੀ ਹੈ ਉਸ ਡਾਕਟਰ ਦੇ ਕੋਲ ਤੁਸੀਂ ਡਾਇਰੈਕਟ ਜਾ ਸਕਦੇ ਹੋ ਤੁਹਾਨੂੰ ਉੱਥੇ ਨੰਬਰ ਲਾਉਣਾ ਪੈਣਾਗਾ ਉਸ ਤੋਂ ਬਾਅਦ ਦੂਜੀ ਗੱਲ ਇਹ ਹੈਗੀ ਤੁਹਾਨੂੰ ਘੱਟੋ ਘੱਟ ਉਹ ਪਰਚੀ ਤੁਹਾਡੀ 6 ਮਹੀਨੇ ਚੱਲੇਗੀ ਜਿੱਦਾਂ ਡਾਕਟਰ ਨੇ ਕੋਈ ਐਕਸ-ਰੇ ਵਗੈਰਾ ਜਾਂ ਐਮ ਆਰ ਆਈ ਦਾ ਕਹਿ ਦਿੱਤਾ ਉਸ ਤੋਂ ਬਾਅਦ ਉਸ ਤੇ ਜਿੱਥੇ ਤੁਸੀਂ ਪਰਚੀ ਕਢਵਾਈ ਹੈਗੀ ਉੱਥੇ ਇੱਕ 11 ਤੇ 12 ਨੰਬਰ ਕਾਊਂਟਰ ਬਣਿਆ ਹੋਇਆਗਾ ਜਿੱਥੇ ਤੁਸੀਂ ਆਪਣੀ ਫੀਸ ਜਮ੍ਹਾਂ ਕਰਨੀ ਹੈਗੀ ਮੰਨ ਕੇ ਚਲੋ ਡਾਕਟਰ ਨੇ ਲਿਖ ਦਿੱਤਾ ਤੁਹਾਡੀ ਪਰਚੀ ਦੇ ਉੱਪਰ ਤੁਸੀਂ ਐਮ ਆਰ ਆਈ ਕਰਾਉਣੀ ਹੈ ਉੱਥੇ ਤੁਸੀਂ ਜਿੰਨੀ ਪੇਮੈਂਟ ਐਮ ਆਰ ਆਈ ਦੀ ਹੋਊਗੀ ਉੱਥੇ ਤੁਸੀਂ ਪੇਮੈਂਟ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਅਲੱਗ ਤੋਂ ਇੱਕ ਪਰਚੀ ਦੂਸਰੀ ਬਣਾ ਕੇ ਦਿੱਤੀ ਜਾਊਗੀ ਜਿੱਥੇ ਕਿ ਐਮ ਆਰ ਆਈ ਵਿਭਾਗ ਦੇ ਵਿੱਚ ਤੁਸੀਂ ਜਾਂ ਐਕਸ-ਰੇ ਤੁਸੀਂ ਕਰਾਉਣੇ ਆ ਉੱਥੇ ਜਮ੍ਹਾਂ ਕਰਾਉਣੀ ਪੈਣੀ ਹੈਗੀ ਤੋ ਤੁਸੀਂ ਐਕਸ-ਰੇ ਕਰਾ ਕੇ ਨਾਲ ਦੇ ਪੰਜ ਜਾਂ 10 ਮਿੰਟ ਬਾਅਦ ਐਕਸ-ਰੇ ਦਾ ਰਿਜ਼ਲਟ ਦੇ ਦਿੰਦੇ ਨੇ ਬਹੁਤ ਘੱਟ ਰੇਟਾਂ ਤੇ ਇਲਾਜ ਹੁੰਦਾ ਇਸ ਹਸਪੀਟਲ ਦੇ ਵਿੱਚ ਬਹੁਤ ਘੱਟ ਰੇਟਾਂ ਦੇ ਐਮ ਆਰ ਆਈ ਕੀਤੀ ਜਾਂਦੀ ਹੈਗੀ ਐਕਸ-ਰੇ ਕੀਤੇ ਜਾਂਦੇ ਹਨ ਇਹ ਮੰਨ ਕੇ ਚਲੋ ਜੇ ਤੁਸੀਂ ਉਹ ਐਕਸਰਾ ਇੱਕ ਨਾਰਮਲ ਐਕਸਰੇ ਜੇ ਤੁਸੀਂ ਬਾਹਰ 1000 ਰੁਪਏ ਦਾ ਕਰਾਉਂਦੇ ਇੱਥੇ ਤੁਹਾਡਾ 50 ਰੁਪਏ ਦੇ ਵਿੱਚ ਵੀ ਹੋ ਸਕਦਾ ਹੈ ਜਾਂ 70 ਰੁਪਏ ਦੇ ਵਿੱਚ ਇਸ ਕਰਕੇ ਬਹੁਤ ਵਧੀਆ ਹਸਪੀਟਲ ਹੈ ਦੋਸਤੋ ਤੁਹਾਨੂੰ ਜਿਵੇਂ ਦੱਸਿਆ ਕਿ ਇਸ ਹਸਪੀਟਲ ਦੇ ਵਿੱਚ ਕਾਫੀ ਸਸਤਾ ਇਲਾਜ ਕੀਤਾ ਜਾਂਦਾ ਜਿੱਦਾਂ ਕਿ ਅੱਜਕੱਲ ਤੁਸੀਂ ਦੇਖਦੇ ਹੋ ਮੰਗਾਈ ਬਹੁਤ ਜ਼ਿਆਦਾ ਹੈ ਤੇ ਪ੍ਰਾਈਵੇਟ ਹਸਪੀਟਲ ਵਾਲੇ ਬਹੁਤ ਲੁੱਟਾਂ ਕਰਦੇ ਨੇ ਇੱਕ ਤਾਂ ਮਰੀਜ਼ ਪਹਿਲੇ ਹੀ ਜ਼ਿਆਦਾ ਸੀਰੀਅਸ ਹੁੰਦਾ ਜਾਂ ਜ਼ਿਆਦਾ ਪ੍ਰੋਬਲਮ ਹੁੰਦੀ ਹੈਗੀ ਉੱਪਰ ਪ੍ਰਾਈਵੇਟ ਹਸਪੀਟਲਾਂ ਦੀ ਲੁੱਟ ਕੀ ਕਰਦੀ ਹੈ ਮਰੀਜ਼ ਨੂੰ ਹੋਰ ਜ਼ਿਆਦਾ ਬਿਮਾਰ ਕਰ ਦਿੰਦੀ ਹੈ ਇਸ ਕਰਕੇ ਮੇਰੀ ਰਾਇ ਇਹੀ ਹੈ ਕਿ ਹਰ ਕਿਸੇ ਨੂੰ ਕਿ ਤੁਸੀਂ ਆਪਣੇ ਇਸ ਹਸਪੀਟਲ ਦੇ ਵਿੱਚ ਆਓ ਇਸ ਹਸਪਤਾਲ ਦੇ ਵਿੱਚ ਵਧੀਆ ਇਲਾਜ ਕੀਤਾ ਜਾਂਦਾ ਹੈ ਤੇ ਹੁਣ ਆਪਾਂ ਗੱਲ ਕਰ ਲੈਂਦੇ ਆਂ ਦੋਸਤੋ ਥੋੜੇ ਜਿਹਾ ਇਸ ਹਸਪਤਾਲ ਦੀ ਹਿਸਟਰੀ ਦੇ ਬਾਰੇ ਬਠਿੰਡਾ ਏਮਜ਼ ਦਾ ਨੀ ਪੱਥਰ ਨਵੰਬਰ 2016 ਨੂੰ ਰੱਖਿਆ ਗਿਆ ਸੀ ਇਸ ਜੇ ਹਸਪਤਾਲ 177 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਇਸ ਹਸਪਤਾਲ ਦੇ ਵਿੱਚ 11 ਸੁਪਰ ਸਪੈਸ਼ਲਿਟੀ ਵਿਭਾਗ ਬਣੇ ਹੋਏ ਨੇ ਇਸ ਹਸਪਤਾਲ ਦੇ ਵਿੱਚ 16 ਆਪਰੇਸ਼ਨ ਥੀਏਟਰ ਨੇ ਤੇ 750 ਬਿਸਤਰਿਆਂ ਵਾਲੇ ਮੈਡੀਕਲ ਇੰਸਟੀਚਿਊਟ ਹੈ ਇਸ ਕਾਲਜ ਦੇ ਵਿੱਚ ਜੋ ਮੈਡੀਕਲ ਕਾਲਜ ਹੈ ਜੀ ਇਸ ਦੇ ਵਿੱਚ 100 ਸ਼ੀਟਾਂ ਹਨ ਮੈਡੀਕਲ ਕਾਲਜ ਦੀਆਂ ਤੇ 60 ਸ਼ੀਟਾਂ ਨਰਸਿੰਗ ਦੀਆਂ ਹਨ ਦਸੰਬਰ 2019 ਦੇ ਵਿੱਚ ਜੋ ODP OTI ਬਣੀ ਹੋਈ ਹੈਗੀ ODP ਇਸ ਦਾ ਉਦਘਾਟਨ ਕੀਤਾ ਗਿਆ ਸੀ ਮਤਲਬ ਕਹਿ ਸਕਦੇ ਆ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਦਸੰਬਰ ਦੇ ਵਿੱਚ 19 2019 ਦੇ ਵਿੱਚ ਇਸ ਹਸਪੀਟਲ ਨੂੰ ਚਾਲੂ ਕਰ ਦਿੱਤਾ ਗਿਆ ਸੀ ਵਿੱਚ ਕਰੋਨਾ ਮਹਾਮਾਰੀ ਦੇ ਆਉਣ ਕਾਰਨ ਕਾਫੀ ਟਾਈਮ ਹਸਪੀਟਲ ਬੰਦ ਵੀ ਰਿਹਾ ਸੀ ਕਿਉਂਕਿ ਤੇ ਇਸ ਹਸਪੀਟਲ ਨੂੰ 2019 ਦੇ ਵਿੱਚ ਦਸੰਬਰ ਦੇ ਵਿੱਚ ਖੋਲ੍ਹ ਦਿੱਤਾ ਗਿਆ ਸੀਗਾ ਆਮ ਲੋਕਾਂ ਦੇ ਵਾਸਤੇ ਤੇ ਅੱਜ ਦੀ ਡੇਟ ਦੇ ਵਿੱਚ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਆਪਣਾ ਇਲਾਜ ਕਰਾਉਂਦੇ ਨੇ ਸਫਲ ਇਲਾਜ ਕਰਾਉਂਦੇ ਨੇ ਤੇ ਦੋਸਤੋ ਜੇ ਤੁਹਾਡੀ ਕੋਈ رائے ਹੋਵੇ ਕੋਈ ਪੁੱਛਣਾ ਹੋਵੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਪੁੱਛ ਸਕਦੇ ਹੋ ਫੇਰ ਕਿਸੇ ਦਿਨ ਤੁਹਾਨੂੰ ਪੂਰੀ ਅੰਦਰ ਦੀ ਵੀਡੀਓ ਵੀ ਬਣਾ ਕੇ ਇੱਕ ਦਿਨ ਦਿਖਾਵਾਂਗੇ ਕਿੱਥੇ ਕੀ ਹੁੰਦਾਗਾ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੇ ਚੰਗੀ ਲੱਗੀ ਸ਼ੇਅਰ ਕਰ ਦਿਓ ਥੈਂਕ ਯੂ ਸਤਿ ਸ੍ਰੀ ਅਕਾਲ